ਕਰੂਤਾਰਾ, ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ ਤੇ ਕਿਤਾਬ ਲਿਖੀ ਗਈ ਆ ਭਾਈ ਹਾਕਮ ਸਿੰਘ ਨੇ ਸਾਡੇ ਨਾਲ। ਇਹ ਜਿਹੜਾ ਮਹਾਨ ਅੰਬਰ ਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਜੋ ਕਿ ਜਿਹਨਾਂ ਨੂੰ ਕਿ ਜੂਨ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ, ਯਾਰ ਇੰਨਾ ਚਿਰ ਹੋ ਗਿਆ, 32 ਸਾਲ ਹੋ ਗਏ ਕਿ ਅੱਜ ਫੋਟੋ ਵੀ ਲੱਗੀ ਨੀ। ਹਾਂ, ਇੱਦਾਂ ਮਨਜੀਤ ਸਾਹਿਬ ਦੇ ਨਾਂ ਚੱਲਦਾ, ਫੋਟੋ ਨਾ ਲੱਗੀ ਹੋਵੇ। 2020 ਚ ਲੱਗੀ ਫਿਰ, 2020 ਲੱਗੀ ਜਾ ਕੇ ਦੱਸੋ ਤੋਂ ਬਾਅਦ ਜਿਹੜੀ ਇਹ ਕਿਤਾਬ ਲਿਖੀ ਹੈ, ਫਿਰ ਕਿੱਥੋਂ ਸਾਰੇ ਤੱਥ ਇਕੱਠੇ? ਹਾਂਜੀ, ਫਿਰ ਅਸੀਂ ਨਾ ਉਹ ਜਦੋਂ ਫੋਟੋ ਲੱਗਣ ਤੋਂ ਬਾਅਦ ਅਸੀਂ ਜਦੋਂ ਫੋਟੋ ਲੱਗੀ ਹੈ, ਫਿਰ ਅਸੀਂ ਇੱਕ ਮਾਤਾ ਬੀਬੀ ਅਮਰਜੀਤ ਕੌਰ ਲੱਭਿਆ ਸਾਨੂੰ, ਉਹਨੇ ਪਤਾ ਲੱਗਿਆ ਵੀ ਉਹ ਉੱਥੇ ਰਹਿੰਦੀ ਹੈ ਅਮਰਜੀਤ ਕੌਰ। ਇਹਨਾਂ ਨੂੰ ਮਾਣ ਮਿਲਣਾ ਸੀ ਪਰਮਾਤਮਾ ਵੱਲੋਂ ਹੀ ਕਿ ਉਹਨਾਂ ਦਾ ਪਹਿਲਾ ਸ਼ਹੀਦ ਦਾ ਜੋ ਉਹਨਾਂ ਨੂੰ ਅਵਾਰਡ ਮਿਲਿਆ ਪੰਥ ਵੱਲੋਂ, ਤੋ ਉਹ ਸਭ ਤੋਂ ਵੱਡੀ ਚੀਜ਼ ਮਾਣ ਮਹਿਸੂਸ ਹੁੰਦਾ ਪਰਿਵਾਰ ਨੂੰ ਵੀ, ਇਹਨਾਂ ਨੂੰ ਸਾਨੂੰ ਵੀ। ਉਹ ਭਾਈ ਫੌਜਾ ਸਿੰਘ ਜਿਹੜੇ ਸ਼ਹੀਦ ਹੋਏ ਨਾ 1978 ਵਿੱਚ ਵਿਸਾਖੀ ਵਾਲੇ ਦਿਨ, ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਧਰਮੀ ਪੁੱਤ ਬਣਾਇਆ ਸੀ, ਹਾਂਜੀ ਹਾਂ, ਉਹਨਾਂ ਨੇ ਆਪਣਾ ਪੁੱਤਰ ਬਣਾਇਆ ਸੀ ਅਤੇ ਮੈਂ ਵੀ ਨਾਲ ਗਿਆ ਇਹਨਾਂ ਦੇ। ਅਸੀਂ ਬੜੀ ਮੁਸ਼ਕਿਲ ਲੱਭਿਆ, ਲੱਭ ਕੇ ਜਦੋਂ ਲੱਭਿਆ ਫਿਰ ਗੱਲਾਂ ਬਾਤਾਂ ਹੋਈਆਂ, 2-3 ਵਾਰ ਗਏ ਉਹਨਾਂ ਕੋਲ ਅਸੀਂ। ਹੁਣ ਹਰੀ ਗੱਲ ਦੱਸੀ, ਮੈਂ ਕਿਹਾ ਬੀਬੀ ਤੁਸੀਂ ਤਾਂ ਅੱਖੀ ਦੇਖਿਆ, ਹਾਲ ਦੇਖਿਆ, ਸਭ ਤੁਹਾਡਾ ਰਹੇ ਵਿੱਚ ਕਦੀ ਮੈਂ ਜੋਧਪੁਰ ਜੇਲ੍ਹ ਰਹੀ ਹੈ, ਉਹ ਸਭ ਦੱਸੀ ਗੱਲਾਂ ਦੱਸੀਆਂ, ਅਸੀਂ 2 ਘੰਟੇ ਸੁਣੀ ਆ। ਫਿਰ ਮੈਂ ਕਿਹਾ ਮੈਂ ਬੀਬੀ ਇੱਦਾਂ ਕਰੀਏ, ਜਿੱਦਾਂ ਤੁਹਾਡੀ ਇਹ ਨਾ ਵੀ ਜੇ ਚੀਜ਼ ਲਿਖੀ ਜਾਵੇ ਤਾਂ ਵਧੀਆ ਚੀਜ਼, ਤੁਹਾਡਾ ਇਹ ਅੱਖੀ ਦੇਖਿਆ ਹਾਲ ਹੈ, ਕਹਿੰਦੀ ਕਿੱਦਾਂ ਲਿਖ ਸਕਦਾ, ਕਹਿੰਦੇ ਕੋਈ। ਮੈਂ ਕਿਹਾ ਜੀ, ਫਿਰ ਮੈਂ ਅਰਦਾਸ ਕੀਤੀ ਭਾਈ ਮਹਿੰਗਾ ਸਿੰਘ ਦੇ ਬਾਬਾ ਡਲ ਜਾ ਕੇ, ਮੈਂ ਕਿਹਾ ਜੀ ਭਾਈ ਸ਼ਹੀਦਾਂ ਨਾਂ ਦੇ ਮਹਾਰਾਜ ਭਾਈ ਮਹਿੰਗਾ ਸਿੰਘ ਆਪ ਜੀ ਦਾ ਚਰਨਾਂ 'ਚ ਅਰਦਾਸ ਕੀਤੀ ਵੀ ਜੇ ਮੈਨੂੰ ਬਲ ਬਖਸ਼ੋ ਅਰਦਾਸ ਨੂੰ, ਮੈਂ ਆਪਦੇ ਜੀਵਨ ਨੂੰ ਪੰਜ ਅਰਦਾਸ ਸਫਲ ਦਿਖਣਾ ਚਾਹੁੰਦਾ। ਸਾਰੀਆਂ ਚੀਜ਼ਾਂ ਦੇ ਵਿੱਚ ਕਿਤਾਬ 'ਚ ਲਿਖੀਆਂ ਨੇ, ਜਨਮ ਕਦੋਂ ਹੋਇਆ, ਕਦੋਂ ਸਾਰੀ ਇਹ ਕਿਤਾਬ ਪਹਿਲਾਂ ਲਿਖੀ ਸੀ, ਇਹ ਹੁਣ ਲਿਖੀ ਹੈ 24 'ਚ, ਹੁਣ ਹੁਣੇ ਲਿਖੀ ਹੈ ਪਿਛਲੇ ਮਹੀਨੇ, ਇਹ ਉਹ ਤੋਂ ਪਹਿਲਾਂ ਲਿਖੀ ਸੀ ਕਿਤਾਬ 23 'ਚ। ਸਾਡੇ ਨਾਲ ਹਾਕਮ ਸਿੰਘ ਨੇ, ਜਿਨ੍ਹਾਂ ਨੇ ਭਾਈ ਮਹਿੰਗਾ ਸਿੰਘ ਬੱਬਰ ਤੇ ਇੱਕ ਕਿਤਾਬ ਲਿਖੀ ਹੈ, ਲੇਖਕ ਨੇ, ਗੱਲਬਾਤ ਕਰਦੇ ਹਾਂ। ਜਿਹੜੀ ਕਿਤਾਬ ਲਿਖੀ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਹੈ? ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪ ਜੀ ਦਾ ਕਿ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਸਾਡੇ ਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦਾ ਜੋ ਸ਼ਹੀਦੀ ਸਫ਼ਰ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਆਏ ਹੋ, ਬਹੁਤ ਧੰਨਵਾਦ ਹੈ। ਸੋ ਜੋ ਤੁਸੀਂ ਇਹ ਪੁੱਛ ਰਹੇ ਹੋ ਵੀ ਇਹ ਮਹਾਨ ਸ਼ਹੀਦ, ਇਹ ਜਿਹੜਾ ਮਹਾਨ ਅੰਬਰ ਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਜੋ ਕਿ ਜਿਹਨਾਂ ਨੂੰ ਕਿ ਜੂਨ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਵੀ, ਪੰਥ ਵੱਲੋਂ ਵੀ, ਕਿਉਂਕਿ ਸ਼ਹੀਦਾਂ ਸਾਰੇ ਹੁੰਦੇ ਮੈਦਾਨੀ ਜੰਗ ਵਿੱਚ, ਕੋਈ ਪਿੱਛੋਂ ਹੁੰਦਾ ਉਹ ਵੀ ਸ਼ਹੀਦ ਹੋ ਜਾਂਦਾ, ਕੋਈ ਅੱਗੇ ਪਿੱਛੇ ਹੁੰਦਾ ਉਹ ਵੀ, ਪਰ ਜਿਹੜਾ ਇਹਨਾਂ ਦਾ ਕੁਦਰਤੀ ਵੱਲੋਂ ਹੀ ਕੋਈ ਐਸਾ ਇਹਨਾਂ ਨੂੰ ਮਾਣ ਮਿਲਣਾ ਸੀ ਪਰਮਾਤਮਾ ਵੱਲੋਂ ਹੀ ਕਿ ਉਹਨਾਂ ਦਾ ਪਹਿਲਾ ਸ਼ਹੀਦ ਦਾ ਜੋ ਉਹਨਾਂ ਨੂੰ ਅਵਾਰਡ ਮਿਲਿਆ ਪੰਥ ਵੱਲੋਂ, ਤੋ ਉਹ ਸਭ ਤੋਂ ਵੱਡੀ ਚੀਜ਼ ਮਾਣ ਮਹਿਸੂਸ ਹੁੰਦਾ ਪਰਿਵਾਰ ਨੂੰ ਵੀ, ਇਹਨਾਂ ਨੂੰ, ਸਾਨੂੰ ਵੀ, ਕਿਉਂਕਿ ਇਹ ਜੋ ਮਹਾਨ ਅਮਰ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਮੈਂ ਇਹਨਾਂ ਨੂੰ ਬਹੁਤਾ ਨਹੀਂ ਜਾਣਦਾ ਪਹਿਲਾਂ, ਕਿਉਂਕਿ ਭਾਈ ਦਵਿੰਦਰਪਾਲ ਸਿੰਘ ਜੀ ਇਹ ਜਮੁਨਾ ਨਗਰ ਤੋਂ ਆਏ ਸੀ। ਬਿਲਕੁਲ, ਇਹ ਆਏ ਇੱਥੇ ਤਕਰੀਬਨ 85 'ਚ ਆਏ ਮੇਰੇ ਖਿਆਲ, ਮੈਂ ਇੱਥੇ ਆਇਆ ਪਿੰਡੋਂ, ਨੱਤਿਆਂ ਪਿੰਡ ਮੇਰਾ ਹਾਕਮੀ ਨੱਤਿਆਂ ਮੈਂ ਨਾਲ ਲਿਖਦਾ ਹੁੰਦਾ, ਮੈਂ ਇੱਥੇ ਆਇਆ ਤਕਰੀਬਨ 87 'ਚ। 87 'ਚ ਆ ਕੇ ਅਸੀਂ ਗੁਰਦੁਆਰਾ ਅਕਾਲੀ ਦਫ਼ਤਰ ਨਾਲ ਜੁੜੇ, ਉਦੋਂ ਮੈਂ ਕਿਰਾਏ 'ਤੇ ਰਹਿੰਦਾ ਸੀ, ਉੱਥੋਂ ਜੁੜੇ, ਫਿਰ ਮੇਰੀ ਉਹ ਕੁਦਰਤੀ ਇੱਧਰੋਂ ਧਾਰਮਿਕ ਮੇਰੀਆਂ ਰੁਚੀਆਂ ਸੀ ਜੁੜੀਆਂ, ਮੈਨੂੰ ਉਹਨਾਂ ਨੇ ਪ੍ਰਧਾਨ ਬਣਾ ਤਾ ਗੁਰਦੁਆਰਾ ਸਾਹਿਬ ਦਾ, 4-5 ਪ੍ਰਧਾਨ ਵੀ ਰਿਹਾ ਮੈਂ, ਉਦੋਂ ਲਹਿਰ ਚੱਲਦੀ, ਖੜਕੂ ਲਹਿਰ ਚੱਲਦੀ ਸੀ ਉਦੋਂ। ਉਦੋਂ ਫਿਰ ਆ ਕੇ ਇਹ ਜਦੋਂ ਆਏ ਬਾਹਰੋਂ, ਕਾਫੀ ਸੰਗਤਾਂ ਸੱਜਣ ਬਾਹਰੋਂ ਆਏ ਸੀ ਉਦੋਂ, ਜਦੋਂ 84 ਦਾ ਦੌਰ ਸੀ, ਡਾਕਟਰ ਕਾਲੜਾ ਵਗੈਰਾ ਹੋਰ ਰਿੰਦਰਾ ਵਾਲੇ, ਕਈ 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 ਜਿਹੜੇ ਬਾਹਰੋਂ, ਕੋਈ ਜਮਨਗਰ ਤੋਂ ਦਿੱਲੀਓਂ, ਉਦੋਂ ਹਾਲਾਤ ਇੱਦਾਂ ਬਣ ਗਏ ਸੀ ਨਾ, ਕਈਆਂ ਦੇ ਬਾਹਰੋਂ ਉੱਥੇ ਆਉਣਾ ਪਿਆ। ਅਸੀਂ, ਸਾਨੂੰ ਫਿਰ ਇਹ ਹੋਇਆ, ਮੈਂ ਉਦੋਂ ਪਿੰਡ ਸੀ,
ਮੈਂ ਕੋਈ ਬੱਸਾਂ ਸੀ ਪਹਿਲਾਂ ਇੱਥੇ ਆ ਕੇ, ਹੁਣ ਸਕੂਲ ਬੱਸਾਂ ਹੈਗੀਆਂ ਅੱਜ ਕੱਲ੍ਹ, ਮੈਂ ਪਿੰਡੋਂ ਆ ਕੇ 87 'ਚ ਇੱਥੇ ਆ ਗਿਆ। ਮਨ ਵਿੱਚ ਸੀਗਾ ਯਾਰ ਜਿਹੜੇ ਬੰਦੇ ਬਾਹਰੋਂ ਉੱਜੜ ਕੇ ਆਏ ਆ ਉਹਨੇ ਥੋੜ੍ਹੀ ਬਹੁਤੀ ਮਦਦ ਕਰੀਏ, ਆਪਣੇ ਵੱਲੋਂ ਕਰੀਏ ਜਾਂ ਕੋਈ ਪ੍ਰੇਰਨਾ ਕਰਕੇ ਸਮਾਜ ਵੱਲੋਂ ਇਕੱਠੇ ਕਰਕੇ ਕਰੀਏ ਜਾਂ ਗੁਰਦੁਆਰਾ ਸਾਹਿਬ ਵੱਲੋਂ ਕਰੀਏ, ਸਾਡਾ ਉੱਦਾਂ ਸੀਗਾ। ਜਦੋਂ ਆਏ ਫਿਰ ਜਦ ਸਾਡਾ ਇਹਨਾਂ ਨਾਲ ਵਾਹ ਪੈ ਗਿਆ, ਪਿਆਰ ਜਿਹਾ ਵੱਧ ਗਿਆ ਕਾਫੀ। ਸੋ ਸਭ ਤੋਂ ਵੱਡੀ ਗੱਲ, ਮੈਂ ਜਦੋਂ ਫਿਰ ਮੇਰਾ ਕਾਫੀ ਇਹਦੀ ਮਾਤਾ ਜੀ ਨਾਲ ਆਉਣ ਜਾਣ ਕਾਫੀ ਘਰ ਵਿੱਚ, ਜਦੋਂ ਇਹ ਪਹਿਲਾਂ ਜਦੋਂ ਆਏ ਨਾ, ਇਹ ਸਭ ਤੋਂ ਪਹਿਲਾਂ ਜਦੋਂ ਮੈਂ ਆਏ ਪਹਿਲੇ ਮੰਜਾ ਵੀ ਰੱਖਿਆ, ਪਹਿਲਾਂ ਇਹਨਾਂ ਮੰਜਾ ਰੱਖ ਕੇ ਵੀ ਰੇਹੜੀ ਲਾਉਂਦੀ ਸੀ ਪਹਿਲਾਂ, ਫਿਰ ਇਹ ਰੇਹੜੀ ਲੈ ਲਈ ਇਹਨਾਂ ਨੇ। ਮੇਰੇ ਸਾਹਮਣੇ ਦੀ ਗੱਲਾਂ ਇਹ ਰੇਹੜੀ ਉੱਥੇ ਸਾਹਮਣੇ ਦੁਕਾਨ ਕਿਰਾਏ 'ਤੇ ਲੈ ਲਈ, ਜਿੱਥੇ ਹੁਣ ਦੁਕਾਨ ਇਹਨਾਂ ਦੀ, ਉੱਥੇ ਮਕਾਨ ਬਣਿਆ ਛੋਟਾ ਜਿਹਾ ਪਹਿਲਾਂ, ਉੱਥੇ ਇਹਨੇ ਕਿਰਾਏ 'ਤੇ ਲਿਆ। ਸਾਡਾ ਵੀ ਉੱਥੇ ਆਉਣ ਜਾਣ ਹੋ ਗਿਆ, ਗੁਰੂ ਘਰ ਆਉਣ ਜਾਣ ਕਰਕੇ ਵੀ ਇਹ ਬਾਹਰੋਂ ਆਏ ਜੀ, ਵੀ ਆਪਾਂ ਕੀ ਇਹਨੂੰ ਪੁੱਛਣਾ, ਦੱਸੋ ਕੀ ਚਾਹੁੰਦੇ ਜੀ, ਕਿਸੇ ਦੀ ਮਦਦ ਕਰੀਏ। ਚਲੋ ਹੌਸਲਾ ਅਫਜਾਈ ਹੁੰਦੀ ਬੰਦੇ ਨੂੰ, ਗੱਲ ਤਾਂ ਕੁਛ ਨਹੀਂ, ਕਿਉਂਕਿ ਇੱਥੋਂ ਫਿਰ ਆ ਕੇ ਇਹਨਾਂ ਨੇ ਐਸੀ ਕਿਰਪਾ ਹੋਈ ਹੈ, ਬੜਾ ਔਖਾ ਸਮਾਂ ਕੱਟਿਆ, ਗੁਰੂ ਘਰ ਨਾਲ ਜੁੜੇ ਹੋਏ ਸੀ। ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਹਨਾਂ ਦਾ ਭਰਾ ਕੋਈ ਐਡਾ ਵੱਡਾ ਮਹਾਨ ਸ਼ਹੀਦ ਹੈ, ਕਿਸੇ ਨੂੰ ਪਤਾ ਨਹੀਂ, ਸਾਨੂੰ ਵੀ ਨਹੀਂ ਪਤਾ ਨਾ। ਸਭ ਤੋਂ ਵੱਡੀ ਗੱਲ ਇਹਦੀ ਮਾਤਾ ਜੀ ਨੇ ਕਦੇ ਗੱਲ ਨਹੀਂ ਕੀਤੀ, ਮੇਰਾ ਕਾਫੀ ਆਉਣ ਜਾਣ ਸੀ, ਮੈਂ ਘਰ ਵੀ ਆਉਂਦਾ ਸੀ, ਗੁਰੂ ਘਰ ਵੀ ਆਉਂਦੇ ਜਾਂਦੇ ਸੀ ਉਹ, ਪਰ ਕਦੇ ਗੱਲ ਨਹੀਂ ਸੀ ਕੀਤੀ। ਇਹਦੇ ਪਿਤਾ ਜੀ ਮੈਂ ਦਰਸ਼ਨ ਨਹੀਂ ਕੀਤੇ, ਉਹ 85 ਵਿੱਚ ਮੇਰੇ ਖਿਆਲ ਅਕਾਲ ਚਲਾਣਾ ਕਰ ਗਏ ਸੀ ਇੱਥੇ ਆ ਕੇ ਮੇਰੇ ਪਿਤਾ ਜੀ। ਅਤੇ ਮਾਤਾ ਜੀ ਕਾਫੀ ਜਦੋਂ ਮੇਰੇ ਹੁੰਦੇ ਹੋਏ ਉਹਦਾ ਗਏ ਪਹਿਲਾਂ, ਫਿਰ ਮੇਰੇ ਗੱਲਬਾਤ ਹੁੰਦੀ, ਉਹ ਬਸ ਉਹਨਾਂ ਸਿਮਰਨ ਕਰਦੇ ਰਹਿਣਾ ਜਾਂ ਜਾਣਾ। ਮੈਂ ਉਦੋਂ ਗੁਰੂ ਘਰ ਵਿੱਚ ਇਹ ਵੀ ਸੀਗੇ, ਜਾਂਦੇ ਆਉਂਦੇ ਜਾਂ ਸਾਰੀ ਗੱਲਬਾਤ ਹੁੰਦੀ ਸਾਡੀ। ਉਦੋਂ ਸਾਨੂੰ ਐਕਚੁਅਲੀ ਪਤਾ ਲੱਗਿਆ ਸਾਨੂੰ ਜਦੋਂ ਇਹਨਾਂ ਦਾ ਅਕਾਲ ਚਲਾ ਹੈ ਮਾਤਾ ਜੀ ਦਾ, ਉਦੋਂ ਦਾਸ ਇੱਥੇ ਪ੍ਰਧਾਨ ਸੀ ਗੁਰਦੁਆਰਾ ਅਕਾਲੀ ਦਫ਼ਤਰ ਦਾ। ਉਦੋਂ ਜਦੋਂ ਫਿਰ ਇਹਨੇ ਪਤਾ ਲੱਗਿਆ, ਕਾਫੀ ਜਿਹੜੇ ਸਿੰਘ ਬਾਹਰੋਂ ਆਏ, ਕੋਈ ਪਤਾ ਲੱਗਿਆ ਵੀ ਇਹ ਮਾਤਾ ਜੀ ਹੈ, ਸ਼ਹੀਦ ਦੀ ਮਾਤਾ ਜੀ ਹੈ ਵੱਡੀ, ਵੀ ਆਪਾਂ ਇਹਨਾਂ ਦਾ ਇਕੱਠੇ ਹੋ ਗਏ ਬੰਦੇ ਆ, ਮੈਨੂੰ ਪਤਾ ਨਹੀਂ ਸੀ ਬਹੁਤਾ। ਉਹਨਾਂ ਨੇ ਆ ਕੇ ਇਹਨਾਂ ਤੋਂ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਸਮਾਂ ਦਿਓ, ਸਟੇਜ 'ਤੇ ਸੀ ਬੋਲਣਾ। ਉਸ ਟਾਈਮ ਇੱਦਾਂ ਹਾਲਾਤ ਬਣੇ ਸੀਗੇ ਕਿ ਡਰਾਵਣਾ ਮਾਹੌਲ ਵੀ ਠੀਕ ਸੀ, ਬਣਾ ਇਹ ਵੀ ਸੱਚੇ ਸੀ ਆਪਣੇ ਵੱਲੋਂ, ਡਰਦੇ ਸੀ ਯਾਰ ਵੀ ਉੱਥੋਂ ਉੱਜੜ ਕੇ ਆਏ ਹੋਏ, ਪਹਿਲਾਂ ਪਾਕਿਸਤਾਨ ਤੋਂ ਆਏ ਫਿਰ ਜਮਾਨਗਰ ਤੋਂ ਇੱਥੇ ਆਏ, ਬੜਾ ਔਖਾ ਹੁੰਦਾ ਜਦੋਂ ਦੂਜੀ ਜਗ੍ਹਾ ਜਾ ਕੇ ਸੈੱਟ ਹੋਣਾ, ਬੜਾ ਔਖਾ ਹੈ। ਫਿਰ ਇਹ ਡਰਦੇ ਵੀ ਸੀਗੇ, ਮਾਂ ਨੇ ਵੀ ਕਿਹਾ ਵੀ ਨਹੀਂ ਬਹੁਤ ਗੱਲ ਨਹੀਂ ਕਰਨੀ, ਕਿਸੇ ਕੋਲ ਆਪਣਾ ਸਮਾਂ ਪਾਸ ਕਰੋ ਅਤੇ ਦੱਸਣ ਕਿ ਤਕਬਾਈ ਕਰਨ ਵਾਲਾ ਪਰਿਵਾਰ ਸਾਰਾ ਹੀ ਹੈ, ਬੜੀ ਕਿਰਪਾ ਚਲੋ ਇਹਨਾਂ 'ਤੇ। ਉਹ ਫਿਰ ਇਹਨਾਂ ਸਾਨੂੰ ਪਤਾ ਨਹੀਂ ਸੀ ਬਿਲਕੁਲ ਹੀ। ਮੈਂ ਜਦੋਂ ਫਿਰ ਮੈਨੂੰ ਇਹਨੇ ਸਟੇਜ ਮੇਰੇ ਕੋਲ ਸੀ, ਇਹਨੇ ਕਹਿੰਦੇ ਵੀ ਬੰਦੇ ਦੋ ਚਾਰ ਬੰਦੇ ਸਮਾਂ ਮੰਗਦੇ, ਸਮਾਂ ਚਾਹੁੰਦੇ। ਥੋੜੀ ਮਰਜ਼ੀ ਹੈ, ਇਹ ਕਹਿੰਦੇ ਵੀ ਸਮਾਂ ਆਪਾਂ ਬਹੁਤਾ ਦੇਣਾ ਨਹੀਂ ਕਿਸੇ ਨੂੰ, ਵੀ ਤੁਸੀਂ ਆਪਣੇ ਆਪ ਹੀ ਦੱਸ ਦਿਓ। ਮੈਂ ਕਿਹਾ ਦੱਸੋ ਕੀ ਦੱਸਣਾ, ਮੈਨੂੰ ਪਤਾ ਜੀ। ਮੈਂ ਕਹਿੰਦੇ ਵੀ ਸਾਡੇ ਵੀ ਭਰਾ ਜਿਹੜਾ ਮਹਿੰਗਾ ਸਿੰਘ ਜੀ ਉਹ ਸ਼ਹੀਦ ਹੋਏ ਹੈ ਉੱਥੇ ਛਪੇ, ਮੈਨੂੰ ਪਤਾ ਲੱਗਿਆ। ਫਿਰ ਉਹਨੇ ਮਤਲਬ ਚਲੋ ਪਤਾ ਲੱਗ ਗਿਆ ਜੀ। ਫਿਰ ਕਾਫੀ ਦਿਨ, ਦੋ ਦਿਨ ਸਾਲ ਨਿਕਲ ਗਏ, ਕਈ ਫਿਰ ਮੈਂ ਉਦੋਂ ਇਹਨਾਂ ਦਾ ਉੱਥੇ ਨਾਂ ਬੋਲਿਆ ਇੱਕ ਵਾਰੀ ਮੰਜੀ ਸਾਹਿਬ ਤੋਂ, ਸਾਨੂੰ ਪਤਾ ਨਹੀਂ ਸੀ ਵੀ ਉਹਦਾ ਨਾਂ ਐਕਚੁਅਲੀ ਨਾਂ ਸੀ ਕੁਲਵੰਤ ਸਿੰਘ ਬਚਪਨ ਦਾ, ਸਾਰੇ ਘਰਦਿਆਂ ਨੂੰ ਪਤਾ ਸੀ, ਮਹਿੰਗਾ ਸਿੰਘ ਨਾਂ ਘੱਟ ਹੀ ਪਤਾ ਸੀ ਉਦੋਂ। ਉਦੋਂ ਨਾਂ ਬੋਲਿਆ, ਮੈਂ ਇਹਨੂੰ ਕਿਹਾ ਯਾਰ 1 ਜੂਨ ਨੂੰ ਭਾਈ ਸਾਹਿਬ ਨਾਂ ਬੋਲਿਆ, ਭਾਈ ਮਹਿੰਗਾ ਸਿੰਘ ਤੁਹਾਡੇ ਬ੍ਰਦਰ ਸੀਗੇ। ਕਹਿੰਦਾ ਹਾਂਜੀ। ਫਿਰ ਮੈਂ ਤੁਸੀਂ ਯਾਰ ਗੱਲ ਕਿਉਂ ਨਹੀਂ ਕਰਦੇ, ਆਪਾਂ ਕੋਈ ਫੋਟੋ ਲਵਾਈਏ ਇਹਨਾਂ ਦੀ, ਅਜਾਇਬ ਘਰ ਕੀ ਕਰੀਏ, ਦੱਸੋ ਕੁਛ ਨਾ ਕੁਛ ਹੋ ਸਕਦਾ ਹੈ। ਚਲੋ ਐਕਚੁਅਲੀ ਫਿਰ ਮੈਂ ਮੈਨੂੰ ਬਲ ਬਖਸ਼ਿਆ, ਮੈਨੂੰ ਉਦਮ ਬਖਸ਼ਿਆ। ਮੈਂ ਨਾ ਫਿਰ ਇਹ ਕਹਿੰਦੇ ਨਹੀਂ ਗੱਲ ਕੀਤੀ ਹੋਈ ਜਥੇਬੰਦੀ ਨੇ, ਰਾਜਪ੍ਰੀਤ ਸਿੰਘ ਉੱਥੇ ਮੋਹਾਲੀ ਵਾਲੀ ਵੀ ਉਹਨਾਂ ਕੋਲ ਗਏ, ਅਸੀਂ ਨੱਠਬਾਜੀ ਕੀਤੀ, ਮੈਂ ਨਾਲ ਲੈ ਕੇ ਜਾਂਦਾ ਰਿਹਾ ਇਹਨਾਂ ਨੂੰ। ਉਹ ਕਹਿੰਦਾ ਵੀ ਚਲੋ ਹੋ ਜਾਏ, ਫਿਰ ਅਸੀਂ ਚਲੇ ਗਏ, ਮੈਂ ਨਾਲ ਲੈ ਕੇ ਗਏ ਨੇ ਉੱਥੇ। ਅਸੀਂ ਪ੍ਰਧਾਨ ਨੂੰ ਚਿੱਠੀ ਦਿੱਤੀ, ਲਿਖ ਕੇ ਅਕਾਲ ਤਖ਼ਤ ਜਥੇਦਾਰ ਨੂੰ ਦਿੱਤਿਆ।
ਉਹ ਫਿਰ ਯਾਰ ਇੰਨਾ ਚਿਰ ਹੋ ਗਿਆ, 32 ਸਾਲ ਹੋ ਗਏ ਕਿ ਅੱਜ ਤੱਕ ਫੋਟੋ ਵੀ ਲੱਗੀ ਨੀ, ਏਦਾਂ ਮਨਜੀਤ ਸਾਹਿਬ ਦੇ ਨਾਂ ਚੱਲਦੇ ਫੋਟੋ ਨਾ ਲੱਗੀ ਹੋਵੇ। 2020 ਚ ਲੱਗੀ ਫਿਰ, 2020 ਲੱਗੀ ਜਾ ਕੇ ਦੇਖੋ 84 ਤੋਂ ਬਾਅਦ ਜਿਹੜੀ ਇਹ ਕਿਤਾਬ ਲਿਖੀ ਹੈ, ਫਿਰ ਕਿੱਥੋਂ ਸਾਰੇ ਤੱਥ ਇਕੱਠੇ? ਹਾਂਜੀ, ਫਿਰ ਅਸੀਂ ਨਾ ਉਹ ਜਦੋਂ ਫੋਟੋ ਲੱਗਣ ਤੋਂ ਬਾਅਦ ਅਸੀਂ ਜਦੋਂ ਫੋਟੋ ਲੱਗੀ ਹੈ, ਫਿਰ ਅਸੀਂ ਉਹ ਇੱਕ ਬੀਬੀ ਅਮਰਜੀਤ ਕੌਰ ਲੱਭਿਆ ਸਾਨੂੰ, ਉਹਨੂੰ ਪਤਾ ਲੱਗਿਆ ਵੀ ਉਹ ਉੱਥੇ ਰਹਿੰਦੀ ਹੈ ਅਮਰਜੀਤ ਕੌਰ। ਉਹ ਭਾਈ ਫੌਜਾ ਸਿੰਘ ਜਿਹੜੇ ਸ਼ਹੀਦ ਹੋਏ ਨਾ 1978 ਵਿੱਚ ਵਿਸਾਖੀ ਵਾਲੇ ਦਿਨ, ਉਹਨਾਂ ਦੀ ਧਰਮ ਪਤਨੀ ਹੈ ਜਿਨ੍ਹਾਂ ਨੇ ਧਰਮੀ ਪੁੱਤ ਬਣਾਇਆ ਸੀ। ਹਾਂਜੀ ਹਾਂ, ਉਹਨਾਂ ਨੇ ਆਪਣਾ ਪੁੱਤਰ ਬਣਾਇਆ ਸੀ ਅਤੇ ਮੈਂ ਵੀ ਨਾਲ ਗਿਆ ਇਹਨਾਂ ਦੇ। ਅਸੀਂ ਬੜੀ ਮੁਸ਼ਕਿਲ ਲੱਭਿਆ, ਲੱਭ ਕੇ ਜਦੋਂ ਲੱਭਿਆ ਫਿਰ ਗੱਲਾਂ ਬਾਤਾਂ ਹੋਈਆਂ। 2-3 ਵਾਰ ਗਏ ਉਹਨਾਂ ਕੋਲ ਅਸੀਂ, ਮੈਂ ਹਰ ਗੱਲ ਦੱਸੀ। ਮੈਂ ਕਿਹਾ ਬੀਬੀ ਤੁਸੀਂ ਤਾਂ ਅੱਖੀ ਦੇਖਿਆ, ਹਾਲ ਦੇਖਿਆ, ਸਭ ਤੁਸੀਂ ਰਹੇ ਵਿੱਚ, ਕਦੀ ਮੈਂ ਜੋਧਪੁਰ ਜੇਲ੍ਹ ਰਹੀ ਹੈ, ਉਹ ਸਭ ਦੱਸੀ ਗੱਲਾਂ ਦੱਸੀਆਂ। ਅਸੀਂ 2 ਘੰਟੇ ਸੁਣੀ ਗਿਆ। ਫਿਰ ਮੈਂ ਕਿਹਾ ਮੈਂ ਬੀਬੀ ਇੱਦਾਂ ਕਰੀਏ, ਜਿੱਦਾਂ ਤੁਹਾਡੀ ਇਹ ਨਾ ਵੀ ਜੇ ਚੀਜ਼ ਲਿਖੀ ਜਾਵੇ ਤਾਂ ਵਧੀਆ ਚੀਜ਼ ਹੈ, ਤੁਹਾਡਾ ਇਹ ਅੱਖੀ ਦੇਖਿਆ ਹਾਲ ਹੈ, ਕਹਿੰਦੀ ਕਿੱਦਾਂ ਲਿਖ ਸਕਦਾ? ਕਹਿੰਦੀ ਕੋਈ, ਮੈਂ ਕਿਹਾ ਜੀ ਚਲੋ ਮੈਂ ਜੇ ਕਿਰਪਾ ਕਰੋ ਜੇ ਤੁਸੀਂ ਕਰੋ, ਮੈਂ ਦਿਖ ਸਕਦਾ, ਥੋੜ੍ਹਾ ਬਹੁਤ ਲਿਖ ਸਕਦਾ, ਕੁਝ ਦਿਖਾਂਗੇ। ਪਹਿਲਾਂ ਵੀ ਲਿਖਦੇ ਤੁਸੀਂ? ਹਾਂ ਪਹਿਲਾਂ ਲਿਖਿਆ, ਥੋੜ੍ਹਾ ਬਹੁਤ ਲਿਖਿਆ ਜੀ ਕਿਤਾਬ। ਹਾਂ ਜੀ, ਕਵਿਤਾ ਕੁਵਿਤਾ ਮੈਨੂੰ ਲਿਖਣ ਦਾ ਸ਼ੌਂਕ ਹੈ ਅਤੇ ਮੈਂ ਇਹ ਤੋਂ ਪਹਿਲਾਂ ਕਿਤਾਬ ਲਿਖੀ ਸੀ ਗੁਰਦੁਆਰਾ ਅਕਾਲੀ ਦਫ਼ਤਰ ਦੀ, ਛੋਟੀ ਜਿਹੀ ਕਿਤਾਬ ਲਿਖੀ ਸੀ ਉਹ, ਅਤੇ ਮੈਨੂੰ ਸ਼ੌਂਕ ਸੀ ਲਿਖਣ ਦਾ। ਫਿਰ ਕਹਿੰਦੀ ਜੇ ਤੁਸੀਂ ਲਿਖ ਸਕਦੇ ਹੋ ਲਿਖ ਲਓ, ਤੁਹਾਡੀ ਮਰਜ਼ੀ ਹੈ। ਫਿਰ ਉਹ ਸਾਰਾ ਫਿਰ 2 ਵਾਰ ਜਾ ਕੇ ਅਸੀਂ ਦੇਖਿਆ, ਉਹਦੇ ਵਿਚਾਰ ਸੁਣੇ ਸਾਰੇ। ਫਿਰ ਮੈਂ ਅਰਦਾਸ ਕੀਤੀ ਭਾਈ ਮਹਿੰਗਾ ਸਿੰਘ ਦੇ ਬਾਬਾ ਟਾਲ ਜਾ ਕੇ, ਮੈਂ ਕਿਹਾ ਜੀ ਭਾਈ ਸ਼ਹੀਦਾਂ ਦੇ ਨਾਂ 'ਤੇ, ਮਹਾਂ ਜੀ ਭਾਈ ਮਹਿੰਗਾ ਸਿੰਘ ਜੀ ਆਪ ਜੀ ਦਾ ਚਰਨਾਂ 'ਚ ਅਰਦਾਸ ਕੀਤੀ ਵੀ ਜੇ ਮੈਨੂੰ ਬਲ ਬਖਸ਼ੋ ਅਰਦਾਸ ਨੂੰ, ਮੈਂ ਆਪਦੇ ਜੀਵਨ ਨੂੰ 5 ਦਾ ਸਫ਼ਰ ਲਿਖਣਾ ਚਾਹੁੰਦਾ। ਉੱਥੇ ਅਰਦਾਸ ਕਰਕੇ ਆਏ ਭਾਈ ਸਾਹਿਬ ਨਾਲ ਸੀ, ਰਵਿੰਦਰਪਾਲ ਵੀ ਨਾਲ ਸੀ, ਅਸੀਂ ਆਏ। ਚਲੋ ਫਿਰ ਅਸੀਂ ਲਿਖਣਾ ਸ਼ੁਰੂ ਕਰਤਾ, ਹਾਲੇ ਕਰਦੇ ਕਰਦੇ ਕਾਫ਼ੀ ਮਿਹਨਤ ਕੀਤੀ। ਚਲੋ ਫਿਰ ਇੱਕ ਕਿਤਾਬ ਲਿਖੀ ਗਈ, 21 'ਚ ਕਿਤਾਬ ਲਿਖੀ ਸੀ ਅਸੀਂ, ਆਪਣਾ 23 'ਚ ਕਿਤਾਬ ਲਿਖੀ। 20 ਸਾਡੀ ਫੋਟੋ ਲਾਈ ਗਈ, 2 ਅਕਤੂਬਰ 2020 'ਚ ਫੋਟੋ ਲੱਗੀ ਜੈਵ ਘਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਸੀ ਉਸ ਟਾਈਮ। ਹਾਂਜੀ, ਬਸ ਅਸੀਂ ਤੁਸੀਂ ਚਿੱਠੀ ਦੇ ਕੇ ਆਏ, 3-4 ਦਿਨ ਬਾਅਦ ਟੈਲੀਫੋਨ ਆ ਗਿਆ ਵੀ ਆਓ ਤੁਸੀਂ ਵੀ ਆ ਫੋਟੋ ਲਗਾਓ, ਮੈਂ ਵੀ ਨਾਲ ਗਿਆ ਸੀ। ਚਲੋ ਫੋਟੋ ਲੱਗਣ ਤੋਂ ਬਾਅਦ ਫਿਰ ਉਹ ਪਤਾ ਲੱਗ ਗਿਆ। ਫਿਰ ਅਸੀਂ ਉਹ ਆਪਣਾ ਬਾਬਾ ਟਾਲ ਜੀ ਅਤੇ ਅਗਲੇ ਆਉਣ ਲੱਗੇ। 21 ਨੂੰ ਫਿਰ ਅਸੀਂ 20 ਨੂੰ ਫੋਟੋ ਲੱਗੀ, 21 ਜੂਨ ਨੂੰ ਫਿਰ ਪਹਿਲਾਂ ਉੱਥੇ ਸ਼ਹੀਦੀ ਸਮਾਗਮ ਕਰਾਇਆ। ਸਾਰੀਆਂ ਚੀਜ਼ਾਂ ਦੇ ਵਿੱਚ ਕਿਤਾਬ 'ਚ ਲਿਖੀਆਂ ਨੇ, ਜਨਮ ਕਦੋਂ ਹੋਇਆ, ਕਦੋਂ ਸਾਰਾ ਇਹ ਕਿਤਾਬ ਪਹਿਲਾਂ ਲਿਖੀ, ਇਹ ਹੁਣ ਲਿਖੀ ਹੈ 24 'ਚ, ਹੁਣ ਹੁਣੇ ਲਿਖੀ ਹੈ ਪਿਛਲੇ ਮਹੀਨੇ। ਇਹ ਉਹ ਤੋਂ ਪਹਿਲਾਂ ਲਿਖੀ ਸੀ ਕਿਤਾਬ 23 'ਚ, ਉਹਦੇ 'ਚ ਕਾਫੀ ਚੀਜ਼ਾਂ। ਦੋ ਕਿਤਾਬਾਂ ਲਿਖੀਆਂ ਭਾਈ ਮਹਿੰਗਾ ਸਿੰਘ, ਭਾਈ ਮਹਿੰਗਾ ਸਿੰਘ ਦੀਆਂ। ਇਹ ਦੂਜੀ ਹੈ? ਆ ਦੂਜੀ ਹੈ, ਇਹਦੇ ਵਿੱਚ ਸੋਧ ਕੀਤੀ ਕਾਫੀ, ਜਿਹੜੀਆਂ ਉਹ ਤੋਂ ਬਾਅਦ ਸਨਮਾਨ ਹੋਇਆ, ਜੋ ਯਮੁਨਾਨਗਰ ਗਏ ਉੱਥੋਂ ਹੋਇਆ, ਕਾਫੀ ਚੀਜ਼ਾਂ ਦੇ ਬਾਅਦ ਸਾਨੂੰ ਪਤਾ ਲੱਗਿਆ, ਉਹ ਵੀ ਚੈਦ ਕੀਤੀਆਂ ਇਹਦੇ ਵਿੱਚ। ਉਹਦੇ 'ਚ ਕਿਤਾਬ ਤੋਂ ਥੋੜ੍ਹਾ ਪਤਾ ਲੱਗਿਆ ਲੋਕਾਂ ਨੂੰ, ਪਹਿਲਾਂ ਪਤਾ ਸਾਨੂੰ ਇੱਥੇ ਨਹੀਂ ਪਤਾ। ਫਿਰ ਯਮੁਨਾਨਗਰ ਪਤਾ ਲੱਗ ਗਿਆ, ਫਿਰ ਉਹਨੇ ਬਹੁਤ ਵੱਡਾ ਸਮਾਗਮ ਕੀਤਾ ਯਮੁਨਾਨਗਰ, ਇਹਨੂੰ ਬੁਲਾਇਆ ਸਾਰੇ ਪਰਿਵਾਰ ਨੂੰ। ਹਾਂਜੀ, ਉੱਥੇ ਇਹਨਾਂ ਸਮੇਂ ਫੋਟੋਆਂ ਪਾਈਆਂ ਹੋਈਆਂ ਵਿੱਚ। ਫਿਰ ਸਾਡਾ ਆਉਣ ਜਾਣ ਜਿਹਾ ਬਣ ਗਿਆ। ਫਿਰ ਥੋੜ੍ਹਾ ਮੇਰੀ ਵਾਕਫੀ ਸੀ ਉੱਥੇ, ਬਈ ਉਹਦੇ ਕਰਕੇ ਜਾਣ ਜਾਣ ਆਉਣ ਬਣ ਗਿਆ ਸਾਡਾ। ਫਿਰ ਉੱਥੇ ਸ਼ਹੀਦੀ ਸਮਾਗਮ ਅਸੀਂ ਪਹਿਲੀ ਵਾਰੀ 21 ਨੂੰ ਕੀਤਾ ਬਾਬਾ ਟਾਲ ਜੀ 'ਤੇ। ਉਦੋਂ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ, ਕਮੇਟੀ ਵਾਲਿਆਂ ਨੂੰ ਚਿੱਠੀਆਂ ਦਿੱਤੀਆਂ, ਲਿਖ ਲਿਖ ਕੇ ਸੱਦਾ ਪੱਤਰ। ਆਮ ਪਹਿਲੇ ਆਮ ਨਹੀਂ ਸੀ ਪਤਾ ਕਿਸੇ ਨੂੰ ਮਈ ਮਹਿੰਗਾ ਸਿੰਘ ਮੈਂਬਰ ਹੈ, ਕੌਣ ਹੈ, ਕਿੱਥੋਂ ਰਹਿਣ ਵਾਲੇ ਹੈ। ਇਹ ਕਿਤਾਬ ਲਿਖਣ ਤੋਂ ਬਾਅਦ ਹੀ ਫਿਰ ਸਾਹਮਣੇ ਚੀਜ਼ ਆਈ ਹੈ। ਧੰਨਵਾਦ ਬਹੁਤ ਬਹੁਤ। ਤਾਂ ਧਰੂ ਤਾਰਾ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ 'ਤੇ ਕਿਤਾਬ ਲਿਖੀ ਗਈ ਆ ਭਾਈ ਹਾਕਮ ਸਿੰਘ ਨੇ ਸਾਡੇ ਨਾਲ, ਤਾਂ ਉਹਨਾਂ ਦੇ ਵੱਲੋਂ 2 ਕਿਤਾਬਾਂ ਨੇ ਜਿਹੜੀਆਂ ਭਾਈ ਮਹਿੰਗਾ ਸਿੰਘ ਦੀਆਂ ਲਿਖੀਆਂ ਗਈਆਂ। ਇਹ ਤਾਜ਼ੀ ਕਿਤਾਬ ਜਿਹੜੀ ਹੁਣ 2024 ਦੇ ਵਿੱਚ ਲਿਖੀ ਆ, ਅਤੇ ਉਹਨਾਂ ਦੀ ਸ਼ਹੀਦੀ ਨੂੰ ਇਸ ਕਿਤਾਬ ਦੇ ਜ਼ਰੀਏ ਬਿਆਨ ਕੀਤਾ ਗਿਆ, ਕਿਹੜਾ ਕਿਹੜਾ ਉਹਨਾਂ ਦੇ ਉੱਪਰ, ਜਿਸ ਤਰ੍ਹਾਂ ਉਹਨਾਂ ਨੇ ਸੰਤਾਪ ਭੰਡਾਇਆ ਕੁਲਵੰਤ ਸਿੰਘ ਤੋਂ, ਭਾਈ ਮਹਿੰਗਾ ਸਿੰਘ ਕਿਵੇਂ ਪੈ ਗਿਆ ਉਹਨਾਂ ਦਾ ਨਾਂ, ਉਸ ਦਾ ਵੀ ਜ਼ਿਕਰ ਇਸ ਕਿਤਾਬ ਦੇ ਵਿੱਚ ਆ। ਤਾਂ ਅਸੀਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਜਿਹੜੀਆਂ 1984 ਦੇ ਜੂਨ ਮਹੀਨੇ ਦੇ ਵਿੱਚ ਵਾਪਰੀਆਂ ਸੀ, ਉਹਨਾਂ ਪਰਿਵਾਰਾਂ
ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਉਹਨਾਂ ਪਰਿਵਾਰਾਂ ਦੀ ਤੁਹਾਡੇ ਨਾਲ ਮੁਲਾਕਾਤ ਕਰਵਾ ਰਿਹਾ ਜਿਨ੍ਹਾਂ ਨੇ ਉਹ ਸੰਤਾਪ ਹੰਡਾਇਆ ਜਾਂ ਫਿਰ ਉਸ ਜ਼ੁਲਮ ਦਾ ਡਟ ਕੇ ਟਾਕਰਾ ਕੀਤਾ। ਭਾਈ ਮਹਿੰਗਾ ਸਿੰਘ ਦਾ ਪਰਿਵਾਰ ਵੀ ਸਾਡੇ ਨਾਲ ਸੀ, ਉਹਨਾਂ ਦੇ ਭਰਾ ਸੀ। ਉਹਨਾਂ ਨੇ ਕਿਹਾ ਕਿ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੁੰਦਾ ਨਵੰਬਰ ਦੇ ਮਹੀਨੇ ਦੇ ਵਿੱਚ, ਤਾਂ ਜਮੁਨਾ ਨਗਰ ਰਹਿੰਦਾ ਸੀ ਪਰਿਵਾਰ, ਤਾਂ ਉਸ ਦੌਰ ਦੇ ਵਿੱਚ ਉਹ ਆ ਕੇ ਇੱਥੇ ਮੋਹਾਲੀ ਦੇ ਖਰੜ ਦੇ ਵਿੱਚ ਆ ਕੇ ਵਸੇ, ਤਾਂ ਇੱਥੇ ਆ ਕੇ ਉਹਨਾਂ ਨੂੰ ਕੱਪੜੇ ਰੇਹੜੀ ਤੇ ਵੇਚਣੇ ਪਏ ਨੇ। ਉਹ ਦੌਰ ਦੇਖਿਆ ਜਦੋਂ 500 ਰੁਪਇਆ ਕਿਰਾਇਆ ਜਿਹੜਾ ਉੱਥੇ ਆ ਕੇ ਕਿਰਾਏ ਤੇ ਰਹਿੰਦੇ ਰਹੇ, 100 ਰੁਪਇਆ ਹਰ ਰੋਜ਼ ਰੇਹੜੀ ਦਾ ਬਣਦਾ ਸੀ, ਪੂਰੀ ਜ਼ਿੰਮੇਵਾਰੀ ਇਹਨਾਂ ਦੇ ਭਰਾ ਦੇ ਸੀ। ਪਰ ਉਹ ਮਾੜਾ ਦੌਰ ਵੀ ਦੇਖਿਆ, ਅੱਜ ਚੰਗੇ ਦੌਰ ਦੇ ਵਿੱਚ ਨੇ, ਉਹ ਮਾੜੇ ਸਮੇਂ ਨੂੰ ਵੀ ਯਾਦ ਕਰਦੇ ਨੇ ਤੇ ਆਪਣੇ ਭਰਾ ਦੀ ਕੁਰਬਾਨੀ ਆਪਣੇ ਮਨ ਦੇ ਵਿੱਚ ਵਸਾਈ ਬੈਠੇ ਨੇ, ਤਾਂ ਕੌਮ ਵੀ ਉਹਨਾਂ ਨੂੰ ਯਾਦ ਕਰਦੀ ਹੈ। ਜਦੋਂ ਇਹ ਜੂਨ ਦਾ ਮਹੀਨਾ ਆ ਜਾਂਦਾ ਤਾਂ ਉਹ ਚੀਜ਼ ਇਹਨਾਂ ਦੇ ਮਨਾਂ ਦੇ ਵਿੱਚ ਜ਼ਰੂਰ ਪੈਂਦੀ ਆ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਖਰੜ।